पंजाब की राजनीति में गुंडागर्दी रुकने का नाम ही नहीं ले रही है। अभी मोगा के एक सरपंच द्वारा नर्स से मारपीट का मामला थमा भी नहीं था कि अब पंजाब के मुख्यमंत्री श्री बादल के इलाके मुक्तसर में एक सरपंच के आदमियों द्वारा एक बुजुर्ग व्यक्ति के साथ मारपीट का मामला सामने आ गया है। मामला बातों ही बातों में राजनीतिक विचारधारा की विरोधी बातों के चलते शुरू हुआ था, जो कि बाद में हिंसात्मक रूप ले गया और जिसके चलते एक बुजुर्ग को हॉस्पिटल में गंभीर हालत में दाखिल होना पड़ा। पुलिस इस मामले में सावधानी बरतते हुए बिना किसी राजनीतिक दबाव के कार्रवाई करने की बात कर रही है। ਆਪਸ਼ਨ ਸਰਪੰਚ ਗੁਰੂ ਸਰ ਜੀ ਮਤਲਬ ਕੀ ਹੋਇਆ ਇੱਕ ਬਜ਼ੁਰਗ ਦੀ ਬੜੀ ਬੇਰਹਿਮੀ ਨਾਲ ਕੁਟਾਈ ਕੀਤੀ ਗਈ ਹੈ, ਆਰੋਪ ਤੁਹਾਡੇ ਤੇ ਲੱਗਿਆ, ਤੁਹਾਡੇ ਕੁਝ ਸਾਥੀਆਂ ਤੇ ਲੱਗਿਆ, ਕੀ ਕਹਿਣਾ ਤੁਹਾਡਾ? ਉਹ ਸਾਡਾ ਕਹਿਣਾ ਤਾਂ ਹੈ ਜੀ, ਜਿੱਦਣ ਇਹ ਮਤਲਬ ਲੜਾਈ ਹੋਈ ਆ ਜਾਂ ਇਹਨਾਂ ਦੀ ਹੱਥੋਂ ਪਾਈ ਹੋਈ ਹੈ, ਸੋਨੇ 'ਚ ਗੱਲ ਇਹ ਹੈ ਮੈਂ ਤਾਂ ਬਾਹਰ ਬੁੜੀਆਂ ਦਵਾਈ ਦਵਾਉਣ ਗਿਆ ਸਾਂ ਬਠਿੰਡੇ ਡਾਕਟਰ ਕੋਲ, ਅਤੇ ਮੈਨੂੰ ਆਉਣ 'ਤੇ ਪਤਾ ਲੱਗਿਆ ਵੀ ਮੈਂ ਪਿੰਡ 'ਚ ਆ ਕੇ ਉੱਥੇ ਬੰਦੇ ਨੂੰ ਪੁੱਛਿਆ ਬੱਸ ਸਟੈਂਡ 'ਤੇ ਵੀ ਕੀ ਕਹਾਣੀ ਕੀ ਹੋਈ ਹੈ। ਉਹ ਬੰਦੇ ਨੇ ਮੈਨੂੰ ਕਿਹਾ ਵੀ ਇਹ ਬੰਦੇ ਨੇ ਕੱਢੀ ਗਾਲ ਇਹਨੂੰ, ਜਮੇਰ ਸਿੰਘ ਨੇ, ਅਰਮਾਨ ਸਿੰਘ ਨੂੰ, ਵੀ ਉਹ ਕਹਿੰਦਾ ਵੀ ਤੁਸੀਂ ਬਜ਼ੁਰਗ ਆ, ਮੈਨੂੰ ਗਾਲ ਕਾਹਤੋਂ ਕੱਢੀ ਹੈ, ਮੈਨੂੰ ਦੱਸੋ ਵੀ ਮੇਰਾ ਤੇਰੇ ਨਾਲ ਰੌਲਾ ਕੀ ਹੈ। ਉਸ ਤੋਂ ਬਾਅਦ ਇਹ ਪਾਰਕ 'ਚ ਉੱਠ ਗਏ, ਤਾਸ਼ ਖੇਡੀ ਜਾਂਦੇ ਸੀ, ਤਾਸ਼ ਖੇਡਣ ਤੋਂ ਬਾਅਦ ਮਤਲਬ ਹੱਥੋਂ ਪਾਈ ਹੋ ਗਏ, ਹੱਥੋਂ ਪਾਈ ਹੋਣ ਤੋਂ ਬਾਅਦ ਇਹਨਾਂ ਨੇ ਐਂਬੂਲੈਂਸ ਰਾਹੀਂ ਉਹਨੂੰ ਗਿੱਦੜਵਾ ਹਸਪਤਾਲ ਸਰਕਾਰੀ 'ਚ ਪਹੁੰਚਾਇਆ। ਸਰਕਾਰੀ ਹਸਪਤਾਲ ਪਹੁੰਚਾਉਣ ਤੋਂ ਬਾਅਦ ਮੈਂ ਉੱਥੇ ਹਸਪਤਾਲ ਦਾ ਜਮੇਰ ਸਿੰਘ ਦਾ ਹਾਲ ਚਾਲ ਪੁੱਛਣ ਗਿਆ, ਹਾਲ ਚਾਲ ਪੁੱਛਿਆ, ਮੈਂ ਕਿਹਾ ਵੀ ਅੰਕਲ ਜੀ ਕੀ ਗੱਲ ਹੋ ਗਈ? ਉਹ ਕਹਿੰਦੇ ਵੀ ਮੈਨੂੰ ਐਂ ਕਰਕੇ ਰਵਾਂਸ ਮੇਰੇ ਨਾਲ ਹੱਥੋਂ ਪਾਈ ਹੋ ਗਿਆ, ਅਤੇ ਮੈਂ ਆਖਿਆ ਵੀ ਤੁਹਾਡਾ ਮਤਲਬ ਕੰਪਰੋਮਾਈਜ਼ ਕਰਾ ਲੈਂਦੇ ਹਾਂ। ਉਹ ਕਹਿੰਦਾ ਵੀ ਐਡਾ ਰੌਲੇ ਵਾਲੀ ਗੱਲ ਤਾਂ ਹੈ ਨਹੀਂ ਗੀ, ਅਤੇ ਚਲੋ ਉਹ ਵੀ ਮੇਰਾ ਆਪਦਾ ਬੰਦਾ ਅਤੇ ਇਹ ਵੀ ਆਪਣੇ ਬੰਦੇ ਆ। ਅਤੇ ਉਹ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਮੈਂ ਆ ਗਿਆ, ਉਦੋਂ ਸਹੀ ਸੀਗੇ। ਨਹੀਂ ਸਾਡਾ ਉਹ 'ਚ ਪੰਚਾਇਤ ਦਾ ਕੋਈ ਰੋਲ ਨਹੀਂ ਜੀ ਉਹਦੇ ਨਾਲ, ਸਾਨੂੰ ਤਾਂ ਉਹ ਵੀ ਰਿਸ਼ਤੇਦਾਰ ਆ ਅਤੇ ਇਹ ਵੀ ਆਪਣੇ ਬੰਦੇ ਆ ਜੀ, ਜਿਹਦੇ 7 ਵਜੇ ਉਹ ਵੀ ਸਾਡਾ ਰਿਸ਼ਤੇਦਾਰ ਆ। ਹਾਂ ਇਹ ਅਕਾਲੀ ਦਲ ਦੇ ਜੀ, ਉਹ ਵੀ ਆਪਣਾ ਬੰਦਾ ਅਤੇ ਇਹ ਵੀ ਆਪਣੇ ਬੰਦੇ। ਹਾਂ ਕਾਰਵਾਈ ਹੋਣੀ ਚਾਹੀਦੀ ਹੈ, ਜਿਹਦੇ ਮਤਲਬ ਕੋਈ ਵੀ ਉਹਦੇ ਕਿਸੇ ਨੇ ਵੀ ਮਤਲਬ ਉਹਦੇ 'ਚ ਸੱਟ ਮਾਰੀ ਹੈ ਜਾਂ ਕਿਸੇ ਨੇ ਵੀ ਉਹਦੇ ਨਾਲ ਮਤਲਬ ਮਦਦਸੂਕੀ ਕੀਤੀ ਹੈ, ਅਸੀਂ ਵੀ ਉਹਦਾ ਮਦਦ ਕਰਾਂਗੇ, ਸਾਥ ਦੇਵਾਂਗੇ ਪੂਰਾ, ਅਤੇ ਪ੍ਰਸ਼ਾਸਨ ਵੀ ਮਤਲਬ ਮਦਦ ਕਰੀ ਜਾਂਦਾ ਵੀ, ਆਪਣਾ ਥਾਣੇਦਾਰ ਵੀ ਮਦਦ ਕਰਦਾ, ਪੁਲਿਸ ਪ੍ਰਸ਼ਾਸਨ ਪੂਰੀ ਮਦਦ ਕਰਦਾ ਜੀ, ਅਸੀਂ ਵੀ ਸਾਥ ਦੇਵਾਂਗੇ ਪੂਰਾ ਪੂਰਾ ਜੀ, ਵੀ ਜੋ ਵੀ ਬੰਦੇ ਨੇ ਉਹਨਾਂ ਨਾਲ ਕਾਰਵਾਈ ਕੀਤੀ ਹੈ, ਅਸੀਂ ਉਹਦੇ ਹੱਕ 'ਚ ਹਾਂ ਵੀ ਕਿਉਂ ਕੀਤੀ, ਮਾੜੀ ਗੱਲ ਕੀਤੀ ਜਿਹਨੇ ਕਾਰਵਾਈ ਕੀਤੀ ਹੈ, ਅਸੀਂ ਉਹਦੇ ਨਾਲ ਹਾਂ। ਮੈਥੋਂ ਭਾਈ ਹੋਇਆ ਜੀ, ਸਾਨੂੰ ਜੋ ਪਿੰਡ ਦੇ ਵਿੱਚ ਪਤਾ ਲੱਗਿਆ, ਮੈਂ ਬਾਹਰ ਸੀਗਾ, ਇੱਥੇ ਜਦੋਂ ਗੁਰੂ ਸਾਹਿਬ 'ਚ ਮੈਂ ਆ ਕੇ ਪਹਿਲੇ ਅੱਡੇ 'ਤੇ ਪਤਾ ਕੀਤਾ ਵੀ ਇੱਥੋਂ ਭਾਈ ਹੋਇਆ ਜੀ ਇਹ। ਬਜ਼ੁਰਗ ਦੀ ਬੜੀ ਬੇਰਹਿਮੀ ਸੀ ਪਟਾਈ ਕੀ ਗਈ ਹੈ, ਔਰ ਅਕਾਲੀ ਦਲ ਕੇ ਸਰਪੰਚ ਦਾ ਨਾਮ ਉਸਮੇ ਸ਼ਾਮਿਲ ਹੈ, ਤੋ ਲਗਤਾ ਜੀ ਕੁਛ ਕਾਰਵਾਈ ਨਹੀਂ ਕੁਛ ਕਰ ਰਹੀ? ਇਹ ਬਿਲਕੁਲ ਰੋਂਗ ਹੈ। ਜੋ ਬਜ਼ੁਰਗ ਹੈ ਉਸਕੀ 66 ਈਅਰ ਏਜ ਹੈ, ਉਹ ਆਪਣੇ ਕੁਛ ਸਾਥੀਓ ਕੇ ਸਾਥ ਪਹਿਲੇ ਤਾਸ਼ ਖੇਲ ਰਹਾ ਥਾ, ਉਨਮੇ ਆਪਸ ਮੇਂ ਡਿਸਪਿਊਟ ਹੋ ਗਿਆ ਔਰ ਇੱਕ ਦੂਸਰੇ ਕੇ ਸਾਥ ਲੜਾਈ ਹੋਈ, ਔਰ ਉਸਕੇ ਬਾਅਦ ਇਸਨੇ ਜੋ ਬਜ਼ੁਰਗ ਨੇ ਐਲੀਗੇਸ਼ਨ ਲਗਾਏ ਹੈ ਕਿ ਮੇਰੇ ਕੋ ਮਾਰਾ ਜਾਂ ਮੇਰੇ ਕੋ ਧੱਕਾ ਦੇ ਦਿਆ, ਉਸਕੇ ਹਮਾਰਾ ਪੁਲਿਸ ਆਫਿਸਰ ਵਹਾਂ ਗਿਆ ਥਾ, ਇਨਕੀ ਸਟੇਟਮੈਂਟ ਲੈ ਕਰ ਆਇਆ, ਔਰ ਵੋ ਸਟੇਟਮੈਂਟ ਕੇ ਆਧਾਰ ਪਰ ਥੋੜ੍ਹਾ ਸਾ ਡਾਊਟਫੁਲ ਹੈ, ਵੋ ਮਾਮਲਾ ਕੁਛ ਪਚੀਦਾ ਹੋ ਰਹਾ ਹੈ, ਉਸਕੇ ਹਿਸਾਬ ਸੇ ਹਮ ਲੋਕ ਕਾਰਵਾਈ ਕਰ ਰਹੇ ਹੈ। ਸਰ ਕੇ ਉਪਰ ਕਾਫੀ ਘਸੀਟਾ ਗਿਆ ਬਜ਼ੁਰਗ ਕੋ ਰਾਤ ਕਾ? ਜੇ ਬਿਲਕੁਲ ਝੂਠ ਹੈ, ਜੋ ਉਸ ਬਜ਼ੁਰਗ ਨੇ ਆਪਣੀ ਸਟੇਟਮੈਂਟ ਲਿਖਾਈ ਹੈ ਉਸਨੇ ਬੋਲਿਆ ਕਿ ਮੇਰੇ ਕੋ ਧੱਕਾ ਦਿਆ ਹੈ,
अगर घड़ीसा होता तो घड़ीसा लिखाता वो। नहीं, ये बिल्कुल रॉन्ग है। हमारे ऊपर किसी पॉलिटिकल कोई भी प्रेशर नहीं है, और हम अगर कोई होता तो मैं आपको बता देता। हम लोग बकायदा उसकी जो इन्वेस्टिगेशन है थॉरली कर रहे हैं। अगर उसके खिलाफ कोई किसी के खिलाफ कोई है तो हम एक्शन ले रहे हैं। हलचल टीवी के लिए जिला मुक्तसर से सोनू दला की रिपोर्ट।